లేదు. ਅੱਗੇ ਕਰ ਲਓ ਜੀ।
ਜਿੱਦਾਂ ਜੀ ਦਰਸ਼ਨ ਕਰਦੇ ਹਾਂ ਥੋੜ੍ਹਾ ਜਿਹਾ ਅੱਗੇ ਲੱਗੀ ਜਾਂਦੇ ਤਾਲੇ ਗਿਲ ਹੋ ਕੇ ਆ ਕੇ ਸਾਡੀ ਗਲੀ ਚੋਂ ਹੀ ਬੈਠ ਲੱਗੇ ਜੇ ਦੂਜੀ ਬੈਠ ਉੱਥੋਂ ਦੀ ਰੇੜਾ ਫੜ ਕੇ ਆ ਕੇ ਬੈਠਾ ਪੌਣੇ 11 ਤੋਂ ਪਹਿਲਾਂ ਉੱਥੇ ਚੱਲਦੇ ਦੂਜੇ ਸਾਰੇ ਖੱਬੇ ਹੱਥ ਦਰਸ਼ਨ ਕਰਦੇ ਹੋਏ ਸਿੱਧੇ ਅੱਗੇ ਲੰਘਣ ਸਾਡੇ ਗੁਰੂਆਂ ਦੀ ਆਦਰ ਜੋ ਅੰਤਾਂ ਦੇ ਪਿਆਰੇ ਸਾਡੇ ਦਿਲ ਦੇ ਟੁਕੜੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਅੰਤਮ ਦਰਸ਼ਨ ਲਈ ਜਿੰਨੇ ਵੀ ਉਹਨਾਂ ਦੇ ਸੁਖ ਚਿੰਤੇ ਵੱਖ ਵੱਖ ਜਥੇਬੰਦੀਆਂ ਦੇ ਕਲਾਕਾਰ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਰਿਸ਼ਤੇਦਾਰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ ਔਰ ਤੁਹਾਡੇ ਸਾਨੂੰ ਬੇਨਤੀ ਹੈ ਸਾਡੀ ਕਿ ਬਹੁਤ ਸਾਰੇ ਮਨ ਭੇਟ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਵਿਸ਼ਵ ਦੇ ਵਿੱਚ ਇੱਕ ਸ਼ਨਾਦਾ ਅੱਜ ਛਾਇਆ ਹੋਇਆ ਹੈ ਮਾਤਮ ਛਾਇਆ ਹੋਇਆ ਇੱਕ ਦੁੱਖ ਦੀ ਘੜੀ ਹੈ ਪੂਰੇ ਪੰਜਾਬੀ ਸਾਹਿਤ ਦੇ ਲਈ ਪੰਜਾਬੀ ਆਪਣੀ ਹਾਜ਼ਰੀ ਵਾਲਣ ਇੱਕ ਆਫਰੇ ਦੇ ਰੂਪ ਦੇ ਵਿੱਚ ਅਸੀਂ ਹਾਂ ਉਹਨਾਂ ਦੇ ਇਸ ਸੰਸਾਰ ਦੇ ਵਿੱਚ ਜਾਣ ਤੋਂ ਪਰ ਰਾਜੇ ਰੰਗ ਵੱਡੇ ਵੱਡੇ ਲੋਕ ਇੱਥੋਂ ਜਾਂਦੇ ਹੈਗੇ ਆ ਅਤੇ ਉਹਨਾਂ ਦਾ ਜਾਣਾ ਸਾਨੂੰ ਸਵੀਕਾਰ ਕਰਨਾ ਪੈਂਦਾ ਹੈ ਬੜੇ ਭਾਰੇ ਮਾਨ ਦੇ ਨਾਲ ਅਸੀਂ ਸਵੀਕਾਰ ਕਰ ਰਹੇ ਹੈਗੇ ਹਾਂ ਸਾਡੇ ਗੁਰੂ ਦਾ ਜਾਣਾ ਅਨੀਤਾ ਸੁਖਦੀਪ ਜੀ ਆਏ ਹੈਗੇ ਹੈ ਉਹਨਾਂ ਦਾ ਸਵਾਗਤ ਪ੍ਰੋਫੈਸਰ ਅਜਮੇਰ ਸਿੰਘ ਕੈਦਾ ਦਾ ਬੋਰਡ ਸੀਗਾ ਜਿਹਨਾਂ ਦੇ ਥੱਲੇ ਸਾਡੇ ਵਰਗੇ ਕਲਾਕਾਰ ਵੱਡੇ ਹੋਏ ਬੈਠਣ ਦਾ ਪ੍ਰਬੰਧ
ਉੱਥੇ ਚਾਹ ਦਾ ਪ੍ਰਭਾਵ ਭਾਈ ਸੰਗਰੂਰ ਦੇ ਪ੍ਰਧਾਨ ਮਾਸਟਰ ਪਰਮਦੇਵ ਔਰ ਭਗਤ ਸਿੰਘ ਜੀ ਆਏ ਹੈਗੇ ਆ, ਐਨ ਕੇ ਜੀਤ ਆਏ ਹੈਗੇ ਆ, ਨਰਪਿੰਦਰ ਆਏ ਹੈਗੇ ਆ, ਪ੍ਰਤਾਪ ਜੀ ਆਏ ਨੇ, ਨਰਪਿੰਦਰ ਜੀ ਦਾ ਉਹਨਾਂ ਜਦੋਂ ਆਪਰੇਸ਼ਨ ਹੋਇਆ ਸੀਗਾ ਉੱਥੋਂ ਵੀ ਇਹਨਾਂ ਨੂੰ ਮੁਲਾਕਾਤ ਹੋਈ, ਮੇਰੀ ਇਹਨਾਂ ਨਾਲ ਗੱਲਬਾਤ ਹੋਈ ਬਹੁਤ ਦੂਰ ਦੂਰ ਤੋਂ ਕੈਨੇਡਾ ਤੋਂ। ਕੱਲ੍ਹ ਮੈਨੂੰ ਕਈ ਫੋਨ ਆਏ ਨੇ, ਉਹਨਾਂ ਨੇ ਅਫਸੋਸ ਵਿਦਰ ਠੀਕੀ ਵਾਲਾ ਪੰਜਾਬ ਰੰਗਮੰਚ ਬਰਨਾਲਾ ਰਣਜੀਤ ਚੌਹਾਨ ਪੂਰਨ ਸਹਿਯੋਗ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਅਸੀਂ ਤੈਅ ਕੀਤਾ ਹੈ, ਪ੍ਰੋਗਰਾਮ ਬਣਾਇਆ ਹੈ ਕਿ ਗੱਡੀ ਵਿੱਚ ਪਰਿਵਾਰ ਮੈਂਬਰ ਹੋਣਗੇ ਔਰ ਕਾਫਲੇ ਦੇ ਰੂਪ ਵਿੱਚ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਅਸੀਂ ਇਸ ਅੰਤਮ ਯਾਤਰਾ ਦੇ ਵਿੱਚ ਪ੍ਰੋਫੈਸਰ ਅਜਮੇਰ ਸਿੰਘ ਔਰਤ ਦੀ ਅੰਤਮ ਯਾਤਰਾ ਦੇ ਵਿੱਚ ਜਾਣਾ ਹੈਗਾ। ਤੁਸੀਂ ਸਾਰੇ ਆਏ ਹੈਗੇ ਔਰ ਸਮੂਹ ਬੁੱਧੀਜੀਵੀਆਂ ਦਾ, ਲੇਖਕਾਂ ਦਾ ਬਹੁਤ ਵੱਡਾ ਇੱਕ ਇਕੱਠ, ਬਹੁਤ ਵੱਡਾ ਇੱਕ ਕਾਫਲਾ ਔਲਖ ਸਾਹਿਬ ਦੇ ਘਰ ਜੁੜ ਚੁੱਕਿਆ ਹੈਗਾ ਔਰ ਅਸੀਂ ਹੁਣ ਮਾਈਕ ਵਾਲਾ ਹੈਲੋ ਰਿਕਸ਼ੇ ਵਾਲੇ ਵੀਰ ਦੇ ਪਿੱਛੇ ਰਿਕਸ਼ਾ ਲਾ ਲੈਣਾ, ਅਸੀਂ ਜਗ੍ਹਾ ਦੇਵਾਂਗੇ ਰਿਕਸ਼ੇ ਵਾਲੇ ਵੀਰ। ਸਾਡੀਆਂ ਸ਼ਖਸੀਅਤਾਂ ਸਾਡੇ
ਗੱਡੀ ਤੋਂ ਅੱਗੇ ਜਾ ਰਹੇ ਨੇ। ਫਿਰ ਤੋਂ ਬੇਨਤੀ ਕੀਤੀ ਜਾਂਦੀ ਹੈਗੀ ਹੈ ਸਮੂਹ ਕਾਫਲੇ ਵੱਲੋਂ ਕਿ ਸਾਈਡ 'ਤੇ ਹੋ ਜਾਓ, ਨਾਲ ਜਿੱਧਰੋਂ ਬੱਸ ਆ ਰਹੀ ਹੈਗੀ ਹੈ ਇਹਦੇ ਨਾਲ ਪੰਜਾਬ ਦੇ ਸਮੁੱਚੇ ਸਾਹਿਤਕਾਰ ਲੇਖਕ ਰੰਗਕਰਮੀ ਜੋ ਵੀ ਪਸੰਦ
ਨਾਟਕਕਾਰ ਲੋਕ, ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ ਜਥੇਬੰਦੀਆਂ, ਸਾਰੀਆਂ ਤਕਸ਼ੀਲ ਜਥੇਬੰਦੀਆਂ, ਸਾਰੀਆਂ ਦੇ ਵੱਲੋਂ ਦੋ ਸ਼ਬਦ ਉਹਨਾਂ ਦਾ ਰੰਗ ਮੰਚ ਕਿਵੇਂ ਸਫ਼ਰ ਜਾਰੀ ਰੱਖੂਗਾ ਸੁਪਨ ਦੀ, ਉਸ ਤੋਂ ਬਾਅਦ ਆਪਾਂ ਅੱਗੇ ਕਰ ਇਨਕਲਾਬੀ ਰੰਗ ਮੰਚ ਜਿੰਦਾਬਾਦ, ਭਾਈ ਲਾਲੋਆਂ ਦਾ ਨਾਟਕਕਾਰ ਜਿੰਦਾਬਾਦ, ਪ੍ਰੋਫੈਸਰ ਅਜਮੇਰ ਸਿੰਘ ਔਲਖ ਤੇਰਾ ਕਾਜ ਅਧੂਰਾ, ਪ੍ਰੋਫੈਸਰ ਅਜਮੇਰ ਸਿੰਘ ਔਲਖ ਤੇਰੀ ਸੋਚ ਤੇ, ਗਦਰੀ ਬਾਬਿਆਂ ਭਗਤ ਸਰਾਬਿਆਂ ਦਾ ਵਾਰਸ ਔਲਖ ਜਿੰਦਾਬਾਦ, ਗੁਰਸ਼ਰਨ ਭਾਜੀ ਦਾ ਸਾਥੀ ਔਲਖ ਜਿੰਦਾਬਾਦ, ਇਨਕਲਾਬੀ ਰੰਗ ਮੰਚ ਜਿੰਦਾਬਾਦ, ਅਜਮੇਰ ਔਲਖ ਨੂੰ ਲਾਲ ਸਲਾਮ, ਇਨਕਲਾਬੀ ਨਾਟਕਕਾਰ ਨੂੰ ਲਾਲ ਸਲਾਮ, ਨਾਟਕਕਾਰ ਨੂੰ ਲਾਲ ਸਲਾਮ, ਕਲਾਟੀਆਂ ਨੂੰ ਲਾਲ ਸਲਾਮ, ਨਾਟਕਕਾਰ ਅਜਮੇਰ ਔਲਖ ਅਮਰ ਰਹੇ, ਅਮਰ ਰਹੇ, ਅਮਰ ਰਹੇ। ਇਸ ਤੋਂ ਬਾਅਦ ਗਰੀਬ ਲੋਕਾਂ ਦਾ ਮਸੀਹਾ ਪ੍ਰੋਫੈਸਰ ਅਜਮੇਰ ਸਿੰਘ ਔਲਖ, ਸਿਖਾਂ ਨੂੰ ਅਗਰੀ ਦੇਣ ਤੋਂ ਬਾਅਦ ਮਾਈਕ ਤੇ ਜਾ ਕੇ ਸੁਪਨ ਸ਼ਰਧਾਂਜਲੀ ਸਮਾਗਮ ਦੀ ਤਰੀਕ ਤੇ ਜਗ੍ਹਾ ਦੱਸ ਦੂਗੀ ਸਾਰਿਆਂ ਨੂੰ। ਸੁਣ ਕੇ ਜਾਇਓ ਪਿੱਛੇ ਹੋ ਜਾਓ ਜੀ, ਮਾੜਾ ਬਾਈ ਪਿੱਛੇ ਹੋ ਜਾਓ, ਮਾੜਾ ਜਾ।
ਪ੍ਰੋਫੈਸਰ ਔਲਖ ਦੀ ਵੱਡੀ ਬੇਟੀ ਸੁਪਨਦੀਪ, ਸਾਡੇ ਸਾਰੇ ਪਰਿਵਾਰ ਵੱਲੋਂ ਆਪ ਸਭ ਜੀ ਦਾ ਧਿਆਨ ਇਸ ਗੱਲ ਵੱਲ ਦਿਵਾਉਂਦੀ ਹਾਂ ਕਿ ਅੱਜ ਜਿਸ ਤਰ੍ਹਾਂ ਤੁਸੀਂ ਡੈਡੀ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਹੋ, ਇਸੇ ਤਰ੍ਹਾਂ ਹੀ ਆਪਾਂ 25 ਜੂਨ ਨੂੰ ਨਵੀਂ ਦਾਣਾ ਮੰਡੀ ਮਾਨਸਾ ਦੇ ਵਿੱਚ ਪਹੁੰਚਣਾ ਹੈ। ਸਮਾਂ 10:30 ਵਜੇ ਦਾ ਹੋਏਗਾ। ਸਾਰੀਆਂ ਜਥੇਬੰਦੀਆਂ, ਸਾਰੇ ਲੇਖਕ, ਬੁੱਧੀਜੀਵੀ, ਦੋਸਤ ਡੈਡੀ ਦੇ, ਸਾਡੇ ਸਾਰੇ ਮੇਰੇ ਆਪਣੇ ਕੁਲੀਗਸ, ਬਾਕੀ ਸਾਡੇ ਜਿੰਨੇ ਵੀ ਪਤਵੰਤੇ ਜਿਹੜੇ ਅੱਜ ਆਏ ਆ, ਪਲੱਸ ਜਿਹੜੇ ਕੋਈ ਅੱਜ ਆਉਣ ਤੋਂ ਰਹਿ ਵੀ ਗਏ, ਉਹਨਾਂ ਨੂੰ ਪਰਿਵਾਰ ਵੱਲੋਂ ਨਿੱਘਾ ਸੱਦਾ ਹੈ ਕਿ ਉਹ ਸਾਰੇ ਹੀ ਪਹੁੰਚਣਗੇ। ਕਲਾਕਾਰ ਜਿੰਦਾਬਾਦ, ਕਿਰਤੀ ਕਾਮਿਆਂ ਦਾ ਨਾਟਕਕਾਰ ਜਿੰਦਾਬਾਦ।
ਜਲਦੀ
ਇੰਨੀਆਂ ਡੂੰਘੀਆਂ ਨੇ ਕਿ ਉਹ ਕਦੀ ਵੀ ਇੱਥੋਂ ਜਾ ਨਹੀਂ ਸਕਦਾ। ਮੈਨੂੰ ਦੱਸਿਆ ਗਿਆ ਕਿ ਘੱਟੋ ਘੱਟ 100 ਪਿੰਡਾਂ ਤੋਂ ਅੱਜ ਲੰਗਰ ਬਣ ਕੇ ਆਇਆ। ਉਹ ਲੇਖਕ ਜਿਹਨੇ ਆਪਣੀ ਸਾਰੀ ਕਿਰਤ ਕਮਾਈ ਲੋਕਾਂ ਦੀ ਝੋਲੀ 'ਚ ਪਾਈ, ਉਹ ਲੇਖਕ ਜਿਹਨੇ ਅੱਜ ਤੋਂ 35-40 ਸਾਲ ਪਹਿਲਾਂ ਆਪਣਾ ਲਿਖਤ ਦਾ ਸਫ਼ਰ ਸ਼ੁਰੂ ਕੀਤਾ ਔਰ ਆਪਣੇ ਆਪ ਨੂੰ ਹਮੇਸ਼ਾ ਆਮ ਲੋਕਾਂ ਨਾਲ ਜੋੜ ਕੇ ਰੱਖਿਆ। ਇਹ ਮੇਰੀ ਖੁਸ਼ਕਿਸਮਤੀ ਕਹਿ ਲਓ ਕਿ ਜਦੋਂ ਔਲਖ ਸਾਹਿਬ ਪੰਜਾਬੀ ਨਾਟਕ ਦੇ ਮੈਦਾਨ 'ਚ ਆਏ, ਪੰਜਾਬੀ ਰੰਗਮੰਚ ਵਿੱਚ ਆਏ, ਉਸ ਤੋਂ ਕੁਝ ਹੀ ਸਾਲਾਂ ਬਾਅਦ ਮੈਨੂੰ ਵੀ ਮੌਕਾ ਮਿਲਿਆ ਕਿ ਮੈਂ ਵੀ ਇਸ ਪਾਸੇ ਕੁਝ ਯਤਨ ਕਰ ਸਕਾਂ। ਹਾਲਾਂਕਿ ਮੈਂ ਉਹਨਾਂ ਤੋਂ 3-4 ਸਾਲ ਪਛੜ ਕੇ ਆਇਆ ਸੀ। ਇਹ ਮੇਰੀ ਬੜੀ ਵੱਡੀ ਖੁਸ਼ਕਿਸਮਤੀ ਹੈ। ਮੈਂ ਭਾਗਾਂ ਵਾਲਾ ਸਮਝਦਾ ਕਿ ਜਦੋਂ ਵੀ ਲੇਖਕ, ਆਲੋਚਕ, ਅਧਿਆਪਕ ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ ਰੰਗਮੰਚ ਦੀਆਂ ਸਟੇਜਾਂ ਉੱਤੇ ਔਲਖ ਸਾਹਿਬ ਦਾ ਜ਼ਿਕਰ ਕਰਦਾ ਤਾਂ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਉਹਨਾਂ ਦੇ ਨਾਲ ਮੇਰਾ ਵੀ ਨਾਮ ਆ ਜਾਂਦਾ। ਅੱਜ ਵੀ ਹਰਵਿੰਦਰ ਹੋਣਾ ਨੇ ਮੇਰਾ ਨਾਂ ਉਹਨਾਂ ਨਾਲ ਜੋੜ ਕੇ ਬੋਲਿਆ, ਪਰ ਅੱਜ ਮੈਨੂੰ ਲੱਗਦਾ ਜਦੋਂ ਮੈਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਇੱਕ ਆਰਟੀਕਲ ਲਿਖਿਆ, ਮੈਨੂੰ ਲੱਗਦਾ ਮੈਂ ਕੰਡਾ ਰਹਿ ਗਿਆ। ਮੇਰਾ ਸਾਥੀ, ਮੇਰਾ ਵੱਡਾ ਭਰਾ ਮੈਨੂੰ ਛੱਡ ਕੇ ਚਲਾ ਗਿਆ। ਸ਼ਾਇਦ ਮੈਨੂੰ ਆਪਣੀ ਵਾਰੀ ਲਈ ਵੀ ਤਿਆਰ ਰਹਿਣਾ ਪਵੇ, ਪਰ ਮੈਨੂੰ ਲੱਗਦਾ ਕਿ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਔਲਖ ਨੂੰ ਲੈ ਕੀ ਸਕਦੇ ਹਾਂ। ਇੱਥੇ ਇੱਕ ਲਾਈਨ ਵਾਰ ਵਾਰ ਬੋਲੀ ਗਈ ਹੈ, ਔਲਖ ਵਰਗਾ ਕੋਈ ਨਾ ਹੋਰ। ਮੈਂ ਇਸ ਲਾਈਨ ਦੀ, ਇਸ ਇੱਕ ਲਾਈਨ ਦੀ ਵਜ਼ਾਹਤ ਕਰਨਾ ਚਾਹੁੰਦਾ, ਇਹਨੂੰ ਖੋਲ੍ਹਣਾ ਚਾਹੁੰਦਾ ਕਿ ਔਲਖ ਵਰਗਾ ਹੋਰ ਕੋਈ ਕਿਉਂ ਨਹੀਂ ਹੈ। ਇਹ ਬਿਲਕੁਲ ਸੱਚ ਹੈ, ਔਲਖ ਵਰਗਾ ਕੋਈ ਹੋਰ ਨਹੀਂ। ਔਲਖ ਔਰ ਪ੍ਰੋਫੈਸਰ ਗੁਰਦਿਆਲ ਸਿੰਘ ਹੋਣਾ ਦੇ ਨਾਵਲਾਂ ਤੋਂ ਪਹਿਲਾਂ ਪੰਜਾਬ ਦੇ ਲੋਕ ਜਾਂ ਹਿੰਦੁਸਤਾਨ ਦੇ ਲੋਕ ਮਾਲਵੇ ਬਾਰੇ ਬਹੁਤਾ ਨਹੀਂ ਸਨ ਜਾਣਦੇ, ਸਵਾਏ ਇਹ ਸੀ ਕਿ ਪੰਜਾਬ ਦਾ ਇੱਕ ਖਿੱਤਾ, ਪਰ ਮਾਲਵੇ ਦੇ ਲੋਕਾਂ ਦੀਆਂ, ਮਾਲਵੇ ਦੇ ਪਿੰਡ ਦੇ ਲੋਕਾਂ ਦੀਆਂ, ਉਸ ਪਛੜੇ ਹੋਏ ਇਲਾਕੇ ਦੀਆਂ, ਜਦੋਂ ਕਿ ਉਸ ਵੇਲੇ ਬਹੁਤ ਪਛੜਿਆ ਸੀ, ਉਹਦੀਆਂ ਅੰਦਰ ਦੀਆਂ ਦਿੱਕਤਾਂ ਕੀ ਨੇ, ਇਹਨਾਂ ਨੂੰ ਕਿਸੇ ਨੇ ਵੀ ਬਹੁਤ ਖੁੱਲ੍ਹ ਕੇ ਸਾਡੇ ਸਾਹਮਣੇ ਨਹੀਂ ਕਿਹਾ। ਗੁਰਦਿਆਲ ਸਿੰਘ ਹੋਣਾ ਨੇ ਉਹ ਲਿਖ ਕੇ ਸਾਡੇ ਸਾਹਮਣੇ ਰੱਖਿਆ ਤਾਂ ਕਿ ਬਈ ਤੁਸੀਂ ਪੜ੍ਹ ਲਓ, ਪਰ ਔਲਖ ਨੇ ਲਿਖਿਆ ਹੀ ਨਹੀਂ, ਉਹਨੂੰ ਦਿਖਾਇਆ, ਸਾਡੀਆਂ ਅੱਖਾਂ ਸਾਹਮਣੇ ਲੈ ਕੇ ਆਉਂਦਾ ਕਿ ਮਾਲਵੇ ਦੀ ਜਿਹੜੀ ਛੋਟੀ ਕਿਸਾਨੀ ਹੈ, ਮਾਲਵੇ ਦਾ ਜਿਹੜਾ ਉਹ ਕਿਸਾਨ ਹੈ, ਜਿਹੜਾ ਮਿਹਨਤੀ ਹੈ, ਉੱਦਮੀ ਹੈ, ਸੰਘਰਸ਼ ਕਰਦਾ, ਪਰ ਉਹਦੇ ਪੱਲੇ ਕੀ ਪੈ ਰਿਹਾ, ਉਹਦੀ ਤਸਵੀਰ ਹਕੀਕਤ ਦੇ ਵਿੱਚ ਸਾਡੇ ਸਾਹਮਣੇ ਉਸ ਬੰਦੇ ਨੇ ਸਾਕਾਰ ਕੀਤੀ। ਔਰ ਗੱਲ ਸਿਰਫ ਇਹੀ ਨਹੀਂ ਹੈ, ਇਹ ਠੀਕ ਹੈ ਕਿ ਅਸੀਂ ਕਹਿੰਦੇ ਹਾਂ ਕਿ ਔਲਖ ਸਾਹਿਬ ਦੇ ਬਹੁਤ ਸਾਦਗੀ ਨਾਲ ਨਾਟਕ ਲਈਏ, ਬਹੁਤ ਸਾਦੀ ਸਟੇਜ 'ਤੇ ਪੇਸ਼ ਕੀਤਾ, ਬਹੁਤ ਸਾਦੀ ਔਰ ਆਮ ਲੋਕਾਂ ਦੀ ਭਾਸ਼ਾ 'ਚ ਗੱਲ ਕੀਤੀ। ਇਹ ਗੱਲਾਂ ਸੱਚ ਹੋਣ ਦੇ ਬਾਵਜੂਦ ਇੱਕ ਅਗਲੀ ਗੱਲ ਵੀ ਸਾਨੂੰ ਕਰਨੀ ਚਾਹੀਦੀ ਹੈ ਕਿ ਔਲਖ ਦੇ ਨਾਟਕ ਬਹੁਤ ਡੂੰਘੇ, ਉਹ ਆਪਣੀ ਡੂੰਘੀ ਗੱਲ ਨੂੰ ਵੀ ਸਧਾਰਨ ਲੋਕਾਂ ਤੱਕ ਪਹੁੰਚਾਉਣ ਦੀ ਤਾਕਤ ਰੱਖਦਾ ਸੀ। ਔਲਖ ਵਰਗੇ ਹੋਰ ਵੀ ਬਹੁਤ ਸਾਰੇ ਪੰਜਾਬੀ ਲੇਖਕ ਨੇ ਜਿਨ੍ਹਾਂ ਨੇ ਲੋਕ ਮੰਚ ਨਾਲ ਆਪਣੇ ਆਪ ਨੂੰ ਜੋੜਿਆ, ਪਰ ਜਿਹੜੀ ਡੂੰਘਾਈ ਔਲਖ ਨੇ ਆਪਣੇ ਨਾਟਕਾਂ ਵਿੱਚ ਔਰ ਆਪਣੇ ਰੰਗਮੰਚ ਵਿੱਚ ਭਰੀ, ਮੈਨੂੰ ਲੱਗਦਾ ਉਹਦੇ ਨਾਲ ਔਲਖ ਬਿਲਕੁਲ ਇੱਕ ਅਲੱਗ ਕਿਸਮ ਦਾ
ਸਾਡੇ ਕੋਲ ਨਾਟਕਕਾਰ ਇੱਕ ਵਿਅਕਤੀ ਬਣਿਆ, ਜਿਸ ਬੰਦਾ ਸਾਡੇ ਕੋਲ ਨਾਮ ਤੋਂ ਹੋਰ ਹੈ ਸੀ, ਮੈਨੂੰ ਅਜੇ ਵੀ ਡਰ ਲੱਗਦਾ ਕਿ ਅਜੇ ਵੀ ਸਾਡੇ ਕੋਲ ਸ਼ਾਇਦ ਟਾਈਮ ਲੱਗੇਗਾ ਉਸ ਤਰ੍ਹਾਂ ਦਾ ਕੋਈ ਹੋਰ ਨਾਟਕਕਾਰ ਸਾਡੇ ਸਾਹਮਣੇ ਆ ਸਕੇ। ਮੰਦੀ ਆਰਥਿਕਤਾ, ਛੋਟੀ ਜ਼ਮੀਨ, ਥੋੜ੍ਹੀ ਫਸਲ, ਤੰਗੀ ਹੈ ਦਿਲ ਕਰਦੇ, ਔਰ ਉਸ ਵਿਸ਼ਾਲ ਦੇ ਵਿੱਚ ਦਾਰੂ ਵਿੱਚ ਡੁੱਬਣਾ, ਨਸ਼ੇ ਵਿੱਚ ਡੁੱਬਣਾ, ਮਾਵੇ ਵਿੱਚ ਡੁੱਬਣਾ, ਇਹ ਸਾਰਾ ਕੁਛ ਤਾਂ ਉਸਨੇ ਪੇਸ਼ ਕੀਤਾ ਹੀ ਕੀਤਾ, ਪਰ ਨਾਲ ਦੱਸਿਆ ਕਿ ਇਹੋ ਜਿਹੀ ਜ਼ਿੰਦਗੀ ਨੂੰ ਉਹਦਾ ਸਾਹਮਣਾ ਕਰਨ ਵਾਲਾ ਬੰਦਾ ਅੰਦਰੋਂ ਆਪਣੇ ਮਾਨਸਿਕ ਤੌਰ 'ਤੇ ਕਿੱਦਾਂ ਟੁੱਟਦਾ, ਉਹਦੀ ਜਿਹੜੀ ਉਹਦੇ ਘਰ ਦੇ ਵਿੱਚ ਥੋੜ੍ਹੀ ਮਰਦਾ ਹੈ। ਬੰਦੇ ਨੂੰ ਰੋਟੀ ਵੀ ਚਾਹੀਦੀ ਹੈ, ਉਹਦੀ ਇੱਕ ਕਾਮ ਦੀ ਭੁੱਖ ਵੀ ਹੈ। ਇਸ ਨੂੰ ਜਿਸ ਤਰ੍ਹਾਂ ਔਰਤ ਨੇ ਗੁੰਨ ਕੇ ਪੇਸ਼ ਕੀਤਾ ਪੰਜਾਬੀ ਵਿੱਚ, ਤਾਂ ਕਿ ਕਿਸੇ ਵੀ ਹੋਰ ਭਾਸ਼ਾ 'ਚ ਜਿਹੜੇ ਮੈਂ ਬਹੁਤ ਸਾਰੇ ਨਾਟਕ ਪੜ੍ਹੇ ਹੋਣ, ਮੈਨੂੰ ਇਸ ਤਰ੍ਹਾਂ ਦਾ ਕ੍ਰਿਸ਼ਮਾ ਕਿਤੇ ਵੀ ਨਜ਼ਰ ਨਹੀਂ ਆਇਆ। ਔਰਤ ਸਾਹਿਬ ਨੇ ਮੈਨੂੰ ਸ਼ੁਰੂ ਸ਼ੁਰੂ 'ਚ ਉਹਨਾਂ ਦੇ ਨਾਟਕਾਂ 'ਤੇ ਥੋੜ੍ਹਾ ਜਿਹਾ ਇਹ ਲੱਗਦਾ ਸੀ ਕਿ ਔਰਤ ਬਾਰੇ ਬੜਾ ਚੁੱਪ ਜਿਹਾ ਰਹਿੰਦੇ ਆ, ਇਹ ਮਰਦ ਦੀ ਗੱਲ ਤਾਂ ਕਰਦੇ, ਔਰਤ ਦੀ ਗੱਲ ਨਹੀਂ ਹੈ, ਬਹੁਤੀ ਖੁੱਲ੍ਹ ਕੇ ਨਹੀਂ ਗੱਲ, ਉਹਨੂੰ ਸਾਈਡ ਜੀ 'ਤੇ ਰੱਖਦੇ। ਪਰ ਮੇਰਾ ਆਪਣਾ ਵਿਸ਼ਵਾਸ ਹੈ ਕਿ ਔਰਤ ਸਾਹਿਬ ਅੰਦਰੋਂ ਅੰਦਰੀ ਇਸ ਵਿਸ਼ੇ ਬਾਰੇ ਵੀ ਜ਼ਰੂਰ ਸੋਚਦੇ ਰਹੇ, ਜਿਸ ਦਾ ਨਤੀਜਾ ਮੈਂ ਦੋ ਨਾਟਕ ਉਹਨਾਂ ਦੇ ਕਮਾਲ ਦੇ ਗਿਰਦਾ, ਇੱਕ ਢਾਂਡਾ ਔਰ ਇੱਕ ਚਨਾਲੇ ਪਾਣੀ। ਇਸ ਤਰ੍ਹਾਂ ਉਹਨਾਂ ਨੇ ਫਿਰ ਸਾਰੀ ਖੇਡ ਔਰਤ ਦੇ ਹੱਥ ਫੜਾਈ, ਦੱਸਿਆ ਕਿ ਇਹ ਵੀ ਇੱਕ ਕ੍ਰਾਂਤੀ ਕਰ ਸਕਦੀ ਹੈ, ਢਾਂਡੇ ਦੇ ਵਿੱਚ ਉਹ ਇੱਕ ਸ਼ਿਕਾਰ ਹੈ, ਲੇਕਿਨ ਸਾਨੂੰ ਉਸਦੇ ਬਾਪੂ ਨਾਲ ਵੀ ਨਫ਼ਰਤ ਨਹੀਂ ਹੁੰਦੀ ਜਿਹੜਾ ਕਿ ਉਸ ਨੂੰ ਸ਼ਿਕਾਰ ਬਣਾ ਰਿਹਾ, ਸਾਨੂੰ ਸਾਰੀ ਸਾਰੀ ਸਥਿਤੀ ਨਾਲ, ਸਾਨੂੰ ਵਿਵਸਥਾ ਨਾਲ, ਸਾਨੂੰ ਇਸ ਰਾਜਨੀਤੀ ਨਾਲ ਸਾਨੂੰ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਰਾਜਨੀਤੀ ਵਿੱਚ ਕੁਝ ਵੀ ਕੰਮ ਜਿਹੜਾ ਹੈ ਉਸਦੇ ਪੱਤੇ ਦੋ ਟੰਗ ਦੀ ਰੋਟੀ ਵੀ ਚੱਜ ਨਹੀਂ ਪੈਂਦੀ, ਤਾਂ ਕਿ ਕੋਈ ਉਸ ਨੂੰ ਆਪਣੀ ਧੀ ਵੀ ਦੇ ਸਕੇ। ਜੇ ਅੱਜ ਔਰਤ ਸਾਹਿਬ ਨੇ ਆਪਣੀ ਆਖਰੀ ਇੱਛਾ ਦੇ ਵਿੱਚ ਦੋ ਤਿੰਨ ਗੱਲਾਂ ਸ਼ਾਮਿਲ ਕੀਤੀਆਂ ਤੇ ਉਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰਨ ਦੀ ਲੋੜ ਹੈ। ਕਿਉਂ ਨਹੀਂ ਚਾਹਿਆ ਉਹਨਾਂ ਨੇ ਕਿ ਕੋਈ ਰਾਜਨੀਤਿਕ ਨੇਤਾ ਇੱਥੇ ਆਵੇ, ਹਾਲਾਂਕਿ ਰਾਜਨੀਤਿਕ ਨੇਤਾ ਵੀ ਉਹਨਾਂ ਦਾ ਔਨਲਾਈਨ ਸਤਿਕਾਰ ਕਰਦੇ ਨੇ। ਕਿਉਂ ਨਹੀਂ ਚਾਹਿਆ ਉਹਨਾਂ ਨੇ ਕਿ ਧਰਮ ਵਾਲੇ ਲੋਕ ਇੱਥੇ ਆ ਕੇ ਬੋਲਣ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੇ ਸਾਰੇ ਦੁੱਖਾਂ ਦੇ ਪਿੱਛੇ ਇਸ ਰਾਜਨੀਤੀ ਦਾ ਪੋਗਰਾਮਨ ਹੈ ਔਰ ਇਸ ਧਰਮ ਦੀ ਜਿਹੜੀ ਹੈ ਉਹ ਪਖੰਡ ਹੈ ਜਿਹੜਾ ਕਿ ਆਪਣੇ ਸਾਨੂੰ ਆਪਣੇ ਹਿੱਤਾਂ ਦੀ ਵਰਤਦਾ, ਹੋਰ ਕੁਛ ਨਹੀਂ ਕਰਦਾ। ਇਹ ਇੱਕ ਮੈਸੇਜ, ਇੱਕ ਸੰਦੇਸ਼ ਦੇ ਕੇ ਗਏ ਔਰਤ ਸਾਹਿਬ ਜਿਸ ਨੂੰ ਪੜ੍ਹਨ ਦੀ ਲੋੜ ਹੈ। ਮੈਂ ਇਹ ਚਾਹਾਂਗਾ ਉਹਨਾਂ ਵਾਸਤੇ ਨਾਰੇ ਵੀ ਲਾਏ ਜਾਣ, ਲੋਕਾਂ ਨੂੰ ਲਾਭਬੰਦ ਵੀ ਕੀਤਾ ਜਾਵੇ। ਮੈਂ ਨਿਸ਼ਚਿਤ ਤੌਰ 'ਤੇ ਚਾਹਾਂਗਾ ਕਿ ਉਹਨਾਂ ਦੇ ਨਾਟਕਾਂ ਦੀ ਭਾਵਨਾ ਨੂੰ ਫੜਿਆ ਜਾਵੇ, ਲੋਕਾਂ ਤੱਕ ਉਸ ਨੂੰ ਪਹੁੰਚਾਇਆ ਜਾਵੇ, ਲੋਕਾਂ ਨੂੰ ਉਸ ਦੇ ਅੰਦਰ ਦਾ ਜਿਹੜਾ ਮਰਮ ਹੈ, ਅੰਦਰ ਜਿਹੜੀ ਹਕੀਕਤ ਹੈ ਉਹ ਦੱਸੀ ਜਾਵੇ। ਪਰ ਮੈਂ ਨਾਲ ਦੇ ਨਾਲ ਇਹ ਵੀ ਤਵੱਕੋ ਰੱਖਦਾ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ, ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ।
ਅੱਜ ਮੌਕਾ ਹੈ ਕਿ ਅਸੀਂ ਆਪਣੇ ਅੰਦਰ ਵੀ ਇੱਕ ਇੱਕ ਬੰਦਾ ਬੈਠਾ ਆਪਣੇ ਆਪ ਅੰਦਰ ਝਾਤੀ ਮਾਰੀਏ ਕਿ ਸਾਡੇ ਅੰਦਰ ਔਰਤ ਕਿੱਦਾਂ ਹੈ। ਅਸੀਂ ਆਪਣੇ ਅੰਦਰ ਉਸ ਔਰਤ ਨੂੰ ਸਮੇਟੀਏ ਜਿਸ ਔਰਤ ਨੇ ਸਾਰੀ ਜ਼ਿੰਦਗੀ ਇਸ ਸਮਾਜ ਨੂੰ ਦਿੱਤੀ, ਹੋਰ ਤਾਂ ਹੋਰ ਆਪਣੇ ਸਾਰਾ ਪਰਿਵਾਰ ਵੀ ਜਿਹੜਾ ਹੈ। ਧੰਨ ਨੇ ਮਨਜੀਤ ਭੈਣ ਜੀ, ਮੈਂ ਇਹਨਾਂ ਨੂੰ ਮਿਲਿਆ ਹਸਪਤਾਲ ਜਾ ਕੇ, ਉਹਨਾਂ ਨੂੰ ਖੁੱਲ੍ਹ ਗਿਆ ਸੀ ਕਿ ਸਭ ਕੁਛ ਚੰਗਾ ਨਹੀਂ ਹੈ, ਸਰੀਰ ਹੈ, ਸਰੀਰ ਦੇ ਕਿਤੇ ਜਾਣੇ ਜਾਣਾ, ਪਰ ਔਰਤ ਕਿਤੇ ਨਹੀਂ ਜਾਏਗਾ, ਔਰਤ ਦੇ ਨਾਟਕ ਕਿਤੇ ਨਹੀਂ ਜਾਣਗੇ। ਸਾਡਾ ਫਰਕ ਬਾਕੀ ਹੈ ਕਿ ਅਸੀਂ ਉਹਨਾਂ ਜੜ੍ਹਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖੀਏ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੇ ਇੱਥੇ ਆਉਣ ਦਾ ਮਕਸਦ ਤਾਂ ਹੀ ਪੂਰਾ ਹੋਏਗਾ ਜੇ ਸਾਡੇ ਅੰਦਰ ਦਾ ਔਰਤ ਜਿੰਨਾ ਅੱਜ ਹੈ ਸੀ ਜਾਣ ਤੋਂ ਬਾਅਦ ਉਸ ਤੋਂ ਵੱਡਾ ਹੋ ਸਕੇ। ਬਹੁਤ ਬਹੁਤ ਸ਼ੁਕਰੀਆ। ਦੂਰ ਤੱਕ ਇਸ ਪੰਡਾਲ ਵਿੱਚ ਸੁਸ਼ੋਭਤ ਅਜਮੇਰ ਸਿੰਘ ਔਲਖ ਨੂੰ ਪਿਆਰ ਕਰਨ ਵਾਲੇ, ਉਹਦੇ ਨਾਟਕਾਂ ਦੇ ਵਾਰਤਾਲਾਪਾਂ ਨਾਲ ਹੱਸਣ ਰੋਣ ਵਾਲੇ ਲਗਭਗ 100 ਪਿੰਡਾਂ ਤੋਂ, ਵੱਖ ਵੱਖ ਸ਼ਹਿਰਾਂ ਤੋਂ ਇਕੱਤਰ ਹੋਏ ਦੋਸਤੋ, ਵੀਰੋ, ਭੈਣੋ, ਧੀਓ, ਪੁੱਤਰੋ, ਤੁਹਾਨੂੰ ਇਸ ਤਰ੍ਹਾਂ ਦੂਰ ਤੱਕ ਸਜੇ ਦੇਖ ਕੇ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਸਾਰੇ ਇੱਕ ਇੱਕ ਸ਼ਬਦ ਹੋਵੋ, ਇੱਕ ਇੱਕ ਲਫ਼ਜ਼ ਹੋਵੋ, ਅਤੇ ਤੁਹਾਨੂੰ ਸਾਰਿਆਂ ਨੂੰ ਬੁਲਾ ਕੇ ਅੱਜ ਇੱਕ ਬਹੁਤ ਖੂਬਸੂਰਤ ਕਵਿਤਾ ਬਣਦੀ ਹੋਵੇ ਜਿਹੜੀ ਅਸੀਂ ਅਜਮੇਰ ਸਿੰਘ ਔਲਖ ਹੋਰਾਂ ਦੀ ਯਾਦ ਵਿੱਚ, ਉਹਨਾਂ ਦੀ ਸ਼ਰਧਾਂਜਲੀ ਵਿੱਚ ਅੱਜ ਲਿਖੀ ਆ। ਸ਼ਾਇਦ ਇਸ ਤੋਂ ਸੋਹਣੀ ਕਵਿਤਾ ਤੁਹਾਡੀ ਹਾਜ਼ਰੀ ਤੋਂ ਸੋਹਣੀ ਕਵਿਤਾ ਤੁਹਾਡੀ ਹਾਜ਼ਰੀ ਤੋਂ ਸੋਹਣੀ ਸ਼ਰਧਾਂਜਲੀ ਉਸ ਪਿਆਰੇ ਲੋਕਾਂ ਦੇ ਨਾਟਕਕਾਰ, ਇਸ ਧਰਤੀ ਦੇ ਪੁੱਤਰ ਨੂੰ ਹੋਰ ਕੋਈ ਨਹੀਂ ਹੋ ਸਕਦਾ। ਮੈਂ ਸਮਝਦਾ ਕਿ ਸਲਾਮ ਕਾਫਲਾ ਨੇ ਕੁਛ ਸਮੇਂ ਪਹਿਲਾਂ ਇੱਕ ਇਹੋ ਜਿਹੀ ਇਕੱਤਰਤਾ ਔਲਖ ਹੋਰਾਂ ਦੀ ਹਾਜ਼ਰੀ ਵਿੱਚ ਉਹਨਾਂ ਦੇ ਸਨਮੁੱਖ ਵੀ ਆਯੋਜਿਤ ਕੀਤੀ ਸੀ, ਅਤੇ ਉਦੋਂ ਵੀ ਦਿਲ ਨੂੰ ਇਹ ਧੀਰਜ ਹੋਈ ਸੀ ਕਿ ਸ਼ੁਕਰ ਹੈ ਇਸ ਧਰਤੀ 'ਤੇ, ਪੰਜਾਬ ਦੀ ਧਰਤੀ 'ਤੇ ਇਹੋ ਜਿਹੇ ਕਲਾਕਾਰ ਜ਼ਿੰਦਾ ਨੇ, ਇਹੋ ਜਿਹੇ ਪ੍ਰਬੰਧਕ ਜ਼ਿੰਦਾ ਨੇ, ਇਹੋ ਜਿਹੇ ਲੋਕ ਜ਼ਿੰਦਾ ਨੇ ਜਿਹੜੇ ਆਪਣੇ ਕਲਾਕਾਰਾਂ ਨੂੰ, ਆਪਣੇ ਨਾਟਕਕਾਰਾਂ ਨੂੰ ਇੰਨਾ ਪਿਆਰ ਕਰਦੇ ਨੇ। ਸੋ ਇੱਕ ਪੰਜਾਬ ਜਿਸ ਬਾਰੇ ਕਿ ਦਿਨ ਬ ਦਿਨ ਇਹ ਹੋ ਰਿਹਾ, ਜਿਵੇਂ ਮੈਂ ਕਿਹਾ ਸੀ ਕਿ ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ, ਕਿ ਪੰਜਾਬ ਦੀ ਧਰਤੀ ਨੂੰ ਰਾਜਨੀਤੀ, ਖੋਟੀ ਰਾਜਨੀਤੀ ਨੇ, ਧਾਰਮਿਕ ਪਖੰਡਾਂ ਨੇ, ਬੇਇਨਸਾਫੀ ਨੇ, ਭ੍ਰਿਸ਼ਟਾਚਾਰ ਨੇ, ਇੱਕ ਇਹੋ ਜਿਹੀ ਧਰਤੀ ਬਣਾ ਦਿੱਤਾ ਜਿੱਥੇ ਵਸਣਾ ਇੱਕ ਬਹੁਤ ਮੁਸ਼ਕਲ, ਇੱਕ ਦੁਰਗਮ ਕੰਮ ਹੋ ਗਿਆ। ਤੋ ਔਲਖ ਇਸ ਧਰਤੀ 'ਚੋਂ ਉੱਗਿਆ ਹੋਇਆ ਬਿਰਖ ਸੀ, ਜਿਸ ਤਰ੍ਹਾਂ ਬੱਚਿਆਂ ਨੇ ਕਿਹਾ ਕਿ ਉਹ ਇੱਕ ਬੋਰ ਸੀ, ਤੋ ਇੱਕ ਇਸ ਧਰਤੀ 'ਚੋਂ ਉੱਗਿਆ ਹੋਇਆ ਬੰਦਾ ਇਸ ਤਪਦੇ ਥਲ ਵਿੱਚ ਦੂਸਰਾ ਕਿਹੜਾ ਖਲੋਵੇਗਾ, ਇਸੇ ਹੀ ਥਲ 'ਚੋਂ ਉੱਗਿਆ ਕੋਈ ਬਿਰਖ ਹੋਵੇਗਾ। ਕਿ ਇਸ ਥਲ 'ਚੋਂ ਉੱਗੇ ਹੋਏ ਉਸ ਬਿਰਖ ਨੇ ਇਸ ਪੰਜਾਬ ਦੇ ਲੋਕਾਂ ਨੂੰ, ਇਸ ਧਰਤੀ ਦੇ ਲੋਕਾਂ ਨੂੰ ਇੰਨੀ ਪੂਰੀ ਛਾਂ ਦਿੱਤੀ।
ਮੈਂ ਸਮਝਦਾ ਕਿ ਅਜਮੇਰ ਸਿੰਘ ਔਲਖ ਉਹ ਬਹੁਤ ਚੁੱਪ ਕੀਤਾ ਅਤੇ ਸੰਗਾਊ ਇਨਸਾਨ ਸੀ। ਮੈਨੂੰ ਪਤਾ ਕਿ ਕਿਸੇ ਵੇਲੇ ਉਹਨੂੰ ਬੋਲਣਾ ਪੈ ਜਾਵੇ ਅਤੇ ਉਹਦੇ ਲਈ ਮੁਸ਼ਕਿਲ ਹੋ ਜਾਂਦੀ ਸੀ ਕਿ ਮੈਂ ਕਿਸ ਤਰ੍ਹਾਂ ਬੋਲਾਂ, ਮੈਂ ਕੀ ਕਹਾਂ। ਲੇਕਿਨ ਜਦੋਂ ਉਹ ਨਾਟਕਾਂ ਦੇ ਰੂਪ 'ਚ ਆਉਂਦਾ ਸੀ ਤਾਂ ਉਹਦੇ ਅੰਦਰੋਂ ਜਿਸ ਤਰ੍ਹਾਂ ਉਹਦੀ ਖਾਮੋਸ਼ੀ, ਉਹਦੀ ਚੁੱਪ ਇੱਕ ਇਸ ਤਰ੍ਹਾਂ ਬੋਲਦੀ ਸੀ ਕਿ ਉਹ ਸਾਰੇ ਪੰਜਾਬ ਦੀ ਆਵਾਜ਼ ਬਣ ਜਾਂਦਾ ਸੀ। ਤਾਂ ਸ੍ਰੇਸ਼ਟ ਸਾਹਿਤ, ਕੋਈ ਵੀ ਸ੍ਰੇਸ਼ਟ ਸਾਹਿਤ, ਉਹਦੀ ਸਭ ਤੋਂ ਵੱਡੀ ਵੱਡਾ ਧਰਮ ਮੇਰੇ ਬਹੁਤ ਪਿਆਰੇ ਭਰਾਵੋ, ਮੇਰੀਓ ਬਹੁਤ ਪਿਆਰੀਓ ਭੈਣਾਂ, ਮੈਨੂੰ ਬੋਲਣ ਦਾ ਹੁਕਮ ਹੋਇਆ, ਮੈਂ ਯਤਨ ਕਰਾਂਗਾ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ। ਪਰ ਮੇਰੇ ਲਈ ਬੜੀ ਔਖੀ ਘੜੀ ਹੈ, ਮੈਂ ਇੱਥੋਂ ਇਹੋ ਜਿਹੇ ਮੌਕੇ ਬੋਲਿਆ ਨਹੀਂ ਜਾਂਦਾ ਹੁਣ, ਕਿਉਂਕਿ ਜਿਹਨੂੰ ਤੁਸੀਂ ਸਾਰੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਵਜੋਂ ਜਾਣਦੇ ਹੋ, ਮੇਰੇ ਲਈ ਉਹ ਅਜਮੇਰ ਸੀ। ਅਜਮੇਰ ਮੇਰਾ ਛੋਟਾ ਭਰਾ ਸੀ, ਅਸੀਂ ਅੱਡ ਅੱਡ ਮਾਂ ਪਿਓ ਦੇ ਘਰ ਜੰਮੇ, ਅੱਡ ਅੱਡ ਪਿੰਡਾਂ 'ਚ ਜੰਮੇ, ਫਿਰ ਵੀ ਅਜਮੇਰ ਮੇਰਾ ਛੋਟਾ ਸਕਾ ਭਰਾ ਸੀ। ਉਮਰੋਂ ਛੋਟਾ ਸੀ, ਕੰਮਾਂ ਤੋਂ ਬਹੁਤ ਵੱਡਾ ਸੀ। ਅਜਮੇਰ ਨੇ ਬਹੁਤ ਵੱਡੇ ਕੰਮ ਕੀਤੇ ਔਰ ਇਹ ਵੱਡੀ ਕਮਾਈ ਉਹਨੇ ਕੀਤੀ। ਅੱਜ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਕਿਸਾਨ, ਮਜ਼ਦੂਰ, ਲੇਖਕ, ਪਾਠਕ, ਸਰੋਤੇ ਔਰ ਮੇਰੇ ਪੇਂਡੂ ਵੀਰ ਭੈਣਾਂ ਇਕੱਠੇ ਹੋਏ ਨੇ, ਇਹ ਉਹਦੀ ਕਮਾਈ ਹੈ ਜਿਹੜੀ ਕਿ ਬਹੁਤ ਘੱਟ ਕਿਸੇ ਤੋਂ ਹੁੰਦੀ ਹੈ ਔਰ ਹੀਰੇ ਮੋਤੀਆਂ ਤੋਂ ਵੱਧ ਕੀਮਤੀ ਕਮਾਈ ਹੈ। ਇਹ ਕਮਾਈ ਆਮ ਤੌਰ 'ਤੇ ਸਾਨੂੰ ਮਿਲਦੀ ਨਹੀਂ। ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਅਜਮੇਰ ਜਿੰਨੀ ਤੂੰ ਲੋਕਾਂ ਦੇ ਪਿਆਰ ਦੀ ਕਮਾਈ ਕਰਦੀ ਹੈ, ਅਸੀਂ ਆਪਣੇ ਆਪ 'ਚ ਕਿੱਡੇ ਵੱਡੇ ਲੇਖਕ ਬਣੇ ਫਿਰੀਏ, ਅਸੀਂ ਇਸ ਪੱਖੋਂ ਬੜੇ ਕੰਗਲੇ ਹੈ। ਉਹਦੇ ਜਾਣ ਦਾ ਸੱਚਮੁੱਚ ਹੀ ਬਹੁਤ ਘਾਟਾ ਪਿਆ। ਵੈਸੇ ਘਾਟਾ ਪੈਣ ਦਾ ਸ਼ਬਦ ਤੁਸੀਂ ਜਾਣਦੇ ਹੋ, ਜਦੋਂ ਕੋਈ ਵੀ ਆਦਮੀ ਜਾਂਦਾ ਤਾਂ ਆਮ ਤੌਰ 'ਤੇ ਲਿਖਿਆ ਜਾਂਦਾ, ਬੋਲਿਆ ਜਾਂਦਾ ਕਿ ਇਹਦੇ ਜਾਣ ਨਾਲ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ। ਲੇਕਿਨ ਬਹੁਤੀਆਂ ਹਾਲਤਾਂ 'ਚ ਇਹ ਗੱਲ ਜਿਹੜੀ ਹੈ ਇਹ ਝੂਠੀ ਹੁੰਦੀ ਹੈ। ਕੁਛ ਲੋਕ ਤਾਂ ਇਹੋ ਜਿਹੇ ਵੀ ਮਰਦੇ ਨੇ ਜਿਨ੍ਹਾਂ ਦਾ ਪਰਿਵਾਰ ਨੂੰ ਵੀ ਘਾਟਾ ਨਹੀਂ ਪੈਂਦਾ, ਕੁਛ ਲੋਕਾਂ ਦਾ ਪਰਿਵਾਰ ਨੂੰ ਪੈਂਦਾ, ਕੁਛ ਲੋਕਾਂ ਦਾ ਸਕੇ ਸੰਬੰਧੀਆਂ ਨੂੰ ਪੈਂਦਾ, ਕੁਛ ਲੋਕਾਂ ਦਾ ਆਪਣੇ ਸ਼ਹਿਰ ਪਿੰਡ ਨੂੰ ਪੈਂਦਾ। ਬਹੁਤ ਘੱਟ ਲੋਕ ਇਹੋ ਜਿਹੇ ਹੁੰਦੇ ਆ ਜਿਹਦਾ ਸਮੁੱਚੇ ਸਮਾਜ ਨੂੰ ਪੈਂਦਾ। ਮੇਰੀਆਂ ਅੱਖਾਂ ਸਾਹਮਣੇ ਪਿਛਲੇ ਕੁਛ ਸਾਲਾਂ ਨੂੰ ਜੇ ਅਸੀਂ ਯਾਦ ਕਰੀਏ, ਭਾਜੀ ਗੁਰਸ਼ਰਨ ਸਿੰਘ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਕਿ ਕਿਸੇ 'ਚ ਜਾਣ ਦਾ ਘਾਟਾ ਹੈ, ਜਿਹੜਾ ਉਹ ਸਾਰੇ ਦੇ ਸਾਰੇ ਪੰਜਾਬ ਨੂੰ, ਸਾਰੇ ਪੰਜਾਬ ਦੇ ਲੋਕਾਂ ਨੂੰ, ਲੇਖਕਾਂ ਨੂੰ, ਨਾਟਕਕਾਰਾਂ ਨੂੰ, ਦਰਸ਼ਕਾਂ ਨੂੰ, ਪਾਠਕਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਕਿਹਾ। ਤੋ ਇਹ ਘਾਟਾ ਵਾਕਈ ਪੂਰਿਆ ਨਾ ਜਾ ਸਕਣ ਵਾਲਾ ਘਾਟਾ ਹੈ। ਮੇਰੇ ਉਹ ਸਮਾਂ ਯਾਦ ਆਉਂਦਾ 2008 ਦੇ ਸ਼ੁਰੂ ਦੇ ਦਿਨ ਸੀ, ਅਜਮੇਰ ਦਾ ਫੋਨ ਗਿਆ, ਕਹਿੰਦਾ ਅਸੀਂ ਦਿੱਲੀ ਆ ਰਹੇ ਹਾਂ। ਮੈਂ ਕਿਹਾ ਕਿਉਂ?
ਕੋਈ ਕੰਮ ਹੈ ਮੈਂ ਪਹਿਲਾਂ ਹੀ ਪ੍ਰਬੰਧ ਕਰ ਰੱਖਾਂ ਜੇ ਕਿਤੇ ਚੱਲਣਾ ਹੈ ਕਿਸੇ ਨੂੰ ਮਿਲਣਾ। ਕਹਿੰਦਾ ਨਹੀਂ ਸਭ ਠੀਕ ਹੈ, ਸੁੱਖ ਸਾਧ ਹੈ, ਮੌਜ ਹੈ। ਉਹ ਡਾਕਟਰਾਂ ਨੇ ਕਹਿੰਦਾ ਸ਼ੱਕ ਜਿਹਾ ਪਾਤਾ, ਸਾਲਾ ਪਤਾ ਨਹੀਂ ਦੂਜਾ ਲੱਗਦਾ। ਆਪਣੇ ਤੁਸੀਂ ਪੇਂਡੂ ਹੋ, ਮੈਂ ਵੀ ਪੇਂਡੂ ਹਾਂ, ਆਪਾਂ ਜਾਣਦੇ ਹਾਂ ਕਿ ਆਪਣੀ ਕਹਾਵਤ ਹੈ ਫਲਾਣਾ ਫਲਾਣੇ ਨੂੰ ਸਾਲਾ ਬਣਾ ਕੇ ਰੱਖਦਾ। ਉਦੋਂ ਬਾਅਦ ਮੇਰ ਨੂੰ ਜਦੋਂ ਪੱਕਾ ਵੀ ਹੋ ਗਿਆ ਤੇ ਮੈਂ ਇੱਕੋ ਬੰਦਾ ਦੇਖਿਆ ਜਿਹਨੇ ਕੈਂਸਰ ਨੂੰ ਸਾਲਾ ਬਣਾ ਕੇ ਰੱਖਿਆ, ਉਹਦੀ ਪਰਵਾਹ ਨਹੀਂ ਕੀਤੀ। ਜਦੋਂ 2008 'ਚ ਉਹਦੀਆਂ ਰਿਪੋਰਟਾਂ ਆਈਆਂ ਅਤੇ ਮੇਰਾ ਬੇਟਾ ਡਾਕਟਰ ਹੈ, ਉਹਨੂੰ ਮੈਂ ਪੁੱਛਿਆ ਕਿ ਰਿਪੋਰਟਾਂ ਕੀ ਕਹਿੰਦੀਆਂ, ਉਹਨੇ ਕਿਹਾ ਕਿ ਰਿਪੋਰਟਾਂ ਅੰਕਲ ਦੀਆਂ ਮਾੜੀਆਂ ਪਿਤਾ ਜੀ। ਮੈਂ ਕਿਹਾ ਕੀ? ਉਹ ਕਹਿਣ ਲੱਗਿਆ ਕਿ ਬਿਮਾਰੀ ਕਾਫੀ ਵੱਧ ਚੁੱਕੀ ਹੈ। ਮੈਂ ਫਿਰ ਉਹਨੂੰ ਇੱਕ ਇਹੋ ਜਿਹਾ ਸਵਾਲ ਪੁੱਛਿਆ ਜਿਹੜਾ ਕਿਸੇ ਆਪਣੇ ਲਈ ਪੁੱਛਣਾ ਬੜਾ ਔਖਾ। ਮੈਂ ਕਿਹਾ ਬੇਟਾ ਉਹਨਾਂ ਦੀ ਕਿੰਨੀ ਕੁ ਉਮਰ ਹੈ? ਉਹ ਕਹਿਣ ਲੱਗਿਆ ਜੇ ਇਲਾਜ ਨਹੀਂ ਕਰਵਾਉਣਗੇ ਤਾਂ 6 ਮਹੀਨੇ, ਜੇ ਇਲਾਜ ਕਰਵਾਉਣਗੇ 2-2.5 ਸਾਲ। ਵੈਸੇ ਹਰ ਮਰੀਜ਼ ਕਹਿੰਦਾ ਰੋਗ ਨੂੰ ਆਪਣੇ ਤਰੀਕੇ ਨਾਲ ਲੈਂਦਾ, ਕਿਹਾ ਵੀ ਕੁਛ ਨਹੀਂ ਜਾ ਸਕਦਾ। ਲੇਕਿਨ ਉਸ ਦੇ ਬਾਅਦ ਜਿਵੇਂ ਤੁਸੀਂ ਜਾਣਦੇ ਹੋ 9-10 ਸਾਲ ਲਈ ਪੂਰੀ ਚੜ੍ਹਦੀ ਕਲਾ 'ਚ ਜੀਵਿਆ, ਔਰ ਜਿਹਨੂੰ ਡਾਕਟਰ 2-2.5 ਸਾਲ ਦਾ ਸਮਾਂ ਦਿੰਦੇ ਸਨ ਉਹਨੇ ਖਿੱਚ ਕੇ 10 ਸਾਲ ਬਣਾ ਲਿਆ। ਇਹਦਾ ਜਿਹੜਾ ਇੱਕ ਬਹੁਤ ਵੱਡਾ ਕਾਰਨ ਸੀ ਉਹ ਤੁਹਾਡੇ ਨਾਲ ਜੁੜੇ ਹੋਏ ਹੋਣਾ ਸੀ। ਦਵਾਈਆਂ ਇਹਦਾ ਕਾਰਨ ਨਹੀਂ ਸੀ, ਦਵਾਈਆਂ ਤਾਂ ਹਰ ਮਰੀਜ਼ ਖਾਂਦਾ। ਜਦੋਂ ਉਹ ਇਲਾਜ ਸ਼ੁਰੂ ਹੋਇਆ ਤਾਂ ਮੈਂ ਉਹਨੇ ਹਸਪਤਾਲੋਂ ਆਉਣਾ, ਮੈਂ ਪੁੱਛਣਾ ਕਿ ਕਿਉਂ ਵੀ ਤੇਰੇ ਡਾਕਟਰ ਕੀ ਕਹਿੰਦੇ ਹੈ? ਉਹ ਕਹਿੰਦਾ ਇਹ ਮਨਜੀਤ ਨੂੰ ਪੁੱਛੋ, ਮੈਂ ਤਾਂ ਟੱਲੀ ਵਰਗਾ ਤੁਹਾਡੇ ਸਾਹਮਣੇ ਖੜਾ। ਉਹਨੇ ਜਿੰਨਾ ਵੀ ਰੋਗ ਦਾ ਕੰਮ ਸੀ ਉਹ ਮਨਜੀਤ ਦੇ ਹਿੱਸੇ ਪਾ ਛੱਡਿਆ ਸੀ। ਡਾਕਟਰਾਂ ਨੂੰ ਪੁੱਛਣਾ, ਡਾਕਟਰਾਂ ਨਾਲ ਸਲਾਹ ਕਰਨੀ, ਰੋਗ ਦੀ ਹਾਲਤ ਪੁੱਛਣੀ, ਵੇਲੇ ਸਿਰ ਦਵਾਈ ਦੇਣੀ, ਆਏ ਗਏ ਨਾਲ ਰੋਗ ਬਾਰੇ ਗੱਲ ਕਰਨੀ, ਇਹ ਕੰਮ ਇਹਦੇ ਜ਼ੁੰਮੇ ਲਾ ਕੇ ਮੇਰੇ ਨਾਲ ਉਹ ਤੁਹਾਡੀਆਂ ਗੱਲਾਂ ਕਰਦਾ ਸੀ। ਜਦੋਂ ਵੀ ਉਹਨੇ ਗੱਲ ਕਰਨੀ ਰੋਗ ਦੀ ਗੱਲ ਛੱਡ ਕੇ, ਉਹਨੇ ਦੱਸਣਾ ਕਿ ਇੱਥੋਂ ਜਾ ਕੇ ਅਸੀਂ ਕਿਹੜੀ ਤਰੀਕ ਕਿਹੜੇ ਪਿੰਡ ਕਿਹੜਾ ਨਾਟਕ ਖੇਡਣਾ। ਔਰ ਫਿਰ ਉਹ ਕਈ ਵਾਰ ਅੱਗੇ ਲਿਖੇ ਜਾਣ ਵਾਲੇ ਨਾਟਕਾਂ ਦੀ ਗੱਲ ਕਰਦਾ ਕਿ ਮੈਂ ਲੋਕਾਂ ਦੇ, ਕਿਸਾਨਾਂ ਮਜ਼ਦੂਰਾਂ ਦੇ ਇਸ ਦੁੱਖ 'ਤੇ ਇਸ ਤਰ੍ਹਾਂ ਦਾ ਨਾਟਕ ਸੋਚ ਰਿਹਾ ਕਿ ਲਿਖ ਕੇ ਖੇਡਾਂ। ਉਹ ਇਸ ਤਰ੍ਹਾਂ ਉਹਨੇ ਰੋਗ ਸੀ ਜਿਹੜਾ ਤੁਹਾਡੇ ਪਿਆਰ ਦੇ ਸਹਾਰੇ 2-10 ਸਾਲ ਤੱਕ ਉਹ ਖਿੱਚ ਕੇ ਲੈ ਕੇ ਗਿਆ। ਇੱਕ ਗੱਲ ਮੈਂ ਅੰਤ 'ਚ, ਮੈਂ ਬਹੁਤਾ ਨਹੀਂ ਇੱਥੇ ਸਮਾਂ ਤੁਹਾਡਾ ਲੈਣਾ ਚਾਹੁੰਦਾ, ਅੰਤ 'ਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਕਈ ਰੋਗੀ ਇਸ ਰੋਗ ਨਾਲ, ਡਾਕਟਰਾਂ ਦਾ ਪਰਿਵਾਰ ਹੋਣ ਕਰਕੇ ਵਾਹ ਪੈਂਦਾ, ਮਿੱਤਰ ਪਿਆਰੇ ਰਿਸ਼ਤੇਦਾਰ ਆ ਜਾਂਦੇ ਆ, ਮੈਂ ਕੋਈ ਰੋਗੀ ਅਜਮੇਰ ਵਰਗਾ ਨਹੀਂ ਦੇਖਿਆ ਜਿਹੜਾ ਇੰਨੀ ਬੇਧੜਕੀ ਨਾਲ ਰੋਗ ਦੇ ਵਿਰੁੱਧ ਲੜੇ। ਲੇਕਿਨ ਮੈਂ ਸਾਂਭਣ ਵਾਲਾ ਵੀ ਕੋਈ ਬੀਬੀ ਮਨਜੀਤ ਵਰਗਾ ਨਹੀਂ ਦੇਖਿਆ। ਮੈਂ ਇਸ ਨੂੰ ਨਮਸਕਾਰ ਕਰਦਾ। ਜਿਹੜੇ ਮਰੀਜ਼ ਤੁਸੀਂ ਆਮ ਪਿੰਡਾਂ 'ਚ ਦੇਖਦੇ ਹੋ, ਘਰਾਂ 'ਚ ਦੇਖਦੇ ਹੋ, ਸ਼ਹਿਰਾਂ 'ਚ ਦੇਖਦੇ ਹੋ, ਜਿਹੜੇ ਮਰੀਜ਼ ਦੀ ਬਿਮਾਰੀ ਲੰਬੀ ਹੋ ਜਾਂਦੀ ਹੈ, ਉਹਦੇ ਨਾਲ ਬਿਲਕੁਲ ਨੇੜੇ ਦਾ ਵਾਹ ਰੱਖਣ ਵਾਲੇ ਲੋਕ ਅੱਕ ਜਾਂਦੇ ਨੇ, ਖਿੱਚ ਜਾਂਦੇ ਨੇ। ਇਸ ਬੀਬੀ ਨੂੰ ਮੈਂ 10 ਸਾਲਾਂ ਦੇ ਵਿੱਚ ਕਦੀ ਵੀ ਡਰਾਮਾ ਛੱਡਿਆ ਨਹੀਂ ਦੇਖਿਆ, ਕਦੀ ਡੋਲਦਿਆਂ ਨਹੀਂ ਦੇਖਿਆ। ਜਿਸ ਤਰ੍ਹਾਂ ਧਰਤੀ ਸਭ ਕੁਛ ਆਪਣੇ ਅੰਦਰ ਜੀਤ ਜਾਂਦੀ ਹੈ,
ਕਿੰਨਾ ਹੜ੍ਹ ਆ ਜਾਵੇ, ਕਿੰਨੇ ਮੀਂਹ ਪੈ ਜਾਣ, ਆਪਣੇ ਅੰਦਰ ਧਰਤੀ ਮਾਤਾ ਸੋਕ ਲੈਂਦੀ ਹੈ। ਇਸ ਤਰ੍ਹਾਂ ਇਸ ਬੀਬੀ ਨੇ ਇਸ ਦੁੱਖ ਨੂੰ ਆਪਦੇ ਅੰਦਰ ਝੱਲਿਆ ਔਰ ਬਾਹਰੋਂ ਇਹ ਸਾਬਤ ਕਦਮ ਖੜੀ ਰਹੀ। ਇਹ ਸਾਡੇ ਸਿਰੇ ਦਾ ਇੰਨਾ ਵੱਡਾ ਕਰਜ਼ਾ ਹੈ। ਮੈਂ ਇੱਥੇ ਤੁਹਾਡੇ ਸਾਹਮਣੇ ਇਹ ਕਹਿਣਾ ਚਾਹੁੰਦਾ ਕਿ ਸਾਰੇ ਪੰਜਾਬ ਦੇ ਲੋਕਾਂ ਸਿਰ, ਸਾਡੇ ਲੇਖਕਾਂ ਸਿਰ, ਨਾਟਕਕਾਰਾਂ ਸਿਰ, ਦਰਸ਼ਕਾਂ ਔਰ ਪਾਠਕਾਂ ਸਿਰ ਇੰਨਾ ਵੱਡਾ ਇਹਨਾਂ ਦੀ ਦੇਣ ਹੈ ਜਿਹੜੀ ਅਸੀਂ ਦੇ ਨਹੀਂ ਸਕਦੇ। ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ। ਠੀਕ ਹੈ, ਉਹਨਾਂ ਦੇ ਪਤੀ ਸੀ, ਪਤੀ ਦੇ ਨਾਤੇ ਇਹਨਾਂ ਦਾ ਸੰਭਾਲ ਕਰਨਾ ਫਰਜ਼ ਸੀ, ਪਰ ਜਿਹੜੀ ਸੰਭਾਲ ਸੀ ਉਹ ਪਤੀ ਦੇ ਰਿਸ਼ਤੇ ਤੋਂ ਬਹੁਤ ਉੱਚੀ ਸੀ। ਜਿੱਥੇ ਅਜਮੇਰ ਦੇ ਰੋਗ ਨੂੰ ਵਿੱਚ ਸਮਝਣ ਨੇ ਉਹਨੂੰ ਜਿਉਂਦੇ ਰੱਖਣ ਵਿੱਚ ਸਹਾਇਤਾ ਕੀਤੀ, ਉੱਥੇ ਇਸ ਬੀਬੀ ਦੀ ਸੰਭਾਲ ਨੇ ਵੀ ਉਹਦੇ 2 ਸਾਲਾਂ ਨੂੰ 10 ਸਾਲਾਂ ਦੇ ਵਿੱਚ ਬਦਲ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਝ ਕੁ ਅਜੀਬ ਹਸਤੀਆਂ, ਕੁਝ ਕੁ ਸ਼ੋਕ ਮਤਿਆਂ ਬਾਰੇ ਇੱਥੇ ਕੌਮ ਦੇ ਨਾਂ ਵੇਰਵਾ ਪੇਸ਼ ਕਰਨਗੇ। ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਮੁਹੱਬਤ ਕਰਨ ਵਾਲੇ, ਪਿਆਰ ਕਰਨ ਵਾਲੇ ਅਤੇ ਸਤਿਕਾਰ ਕਰਨ ਵਾਲੇ ਇਸ ਪੰਡਾਲ 'ਚ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਆਏ ਭੈਣੋ ਭਰਾਓ ਮਾਤਾਓ ਦੇ ਬਜ਼ੁਰਗੋ, ਮੇਰੇ ਤੋਂ ਪਹਿਲਾਂ ਸਾਡੇ ਬਹੁਤ ਵੱਡੇ ਸਾਹਿਤਕਾਰ ਪ੍ਰੋਫੈਸਰ ਔਲਖ ਜੀ ਬਾਰੇ ਬਹੁਤ ਸਾਰੀਆਂ ਗੱਲਾਂ ਕਰਦੇ ਹਨ ਕਿ ਔਲਖ ਜੀ ਬਾਰੇ, ਉਹਨਾਂ ਦੀ ਲਿਖਤ ਦੇ ਬਾਰੇ, ਉਹਨਾਂ ਦੇ ਕੰਮ ਦੇ ਬਾਰੇ ਬਹੁਤ ਸਾਰੀਆਂ ਗੱਲਾਂ। ਗੁਰੂ ਸਾਹਿਬਾਨ, ਮੇਰੀਆਂ ਮਾਵਾਂ, ਭੈਣਾਂ, ਨੌਜਵਾਨ ਦੋਸਤ, ਸਭ ਤੋਂ ਵੱਡੀ ਸ਼ਰਧਾਂਜਲੀ ਤੁਸੀਂ ਉਹਨਾਂ ਨੂੰ ਦੇ ਚੁੱਕੇ ਹੋ ਕਿ ਉਹਨਾਂ ਦੀ ਆਖਰੀ ਇੱਛਾ ਜਿਹੜੀ ਉਹਨਾਂ ਦੇ ਮੁਤਾਬਕ ਪੂਰੀ ਕੀਤੀ ਗਈ ਹੈ। ਇਸ ਗੱਲ ਦੀ ਸਮੁੱਚੇ ਪ੍ਰਬੰਧਕਾਂ, ਇਹਨਾਂ ਲੇਖਕ ਸਭਾ ਹੈ ਜੋ ਉਹਨਾਂ ਲਈ ਸ਼ਲਾਘਾ ਕਰਨੀ ਬਣਦੀ ਹੈ, ਕਿਉਂਕਿ ਬੰਦੇ ਦੇ ਜਾਣ ਤੋਂ ਪਿੱਛੋਂ ਕਈ ਵਾਰੀ ਬਹੁਤ ਕੁਛ ਚੇਂਜ ਕੀਤਾ ਜਾਂਦਾ, ਪਰ ਉਹਨਾਂ ਦੀ ਆਖਰੀ ਇੱਛਾ ਦੇ ਅਨੁਸਾਰ ਹੀ ਅੱਜ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ। ਮੈਂ ਬਹੁਤ ਸਾਰੇ ਲੋਕਾਂ ਨੂੰ ਗਾਇਕੀ ਦੇ ਵਿੱਚ ਵਿਚਰਦਾ ਇਹ ਗੱਲਾਂ ਕਹਿੰਦਿਆਂ ਤਾਂ ਸੁਣਿਆ ਕਿ ਯਾਰ ਫਲਾਣੇ ਕੋਲ ਬੜੇ ਪੈਸੇ ਆ, ਬੜੀ ਐਸ਼ ਕਰਦਾ, ਜ਼ਿੰਦਗੀ ਹੋਵੇ ਤਾਂ ਇਹੋ ਜਿਹੀ ਹੋ। ਪਰ ਅੱਜ ਮੈਂ ਪਹਿਲੀ ਵਾਰੀ ਬਹੁਤ ਸਾਰੇ ਦੋਸਤਾਂ ਨੂੰ ਇਹ ਕਹਿੰਦੇ ਸੁਣਿਆ ਕਿ ਮਰਨਾ ਹੋਵੇ ਤਾਂ ਇਹੋ ਜਿਹਾ ਹੋ, ਕਿਉਂਕਿ ਐਸੀ ਮਰਨੀ ਹਰ ਕੋਈ ਨਹੀਂ ਮਰ ਸਕਦਾ। ਕਿਉਂਕਿ ਇੱਕ ਹੋਰ ਉਹਨਾਂ ਨੂੰ ਸ਼ਬਦ ਦੇ ਫੁੱਲ ਆਪਾਂ ਪੇਂਟ ਕਰ ਸਕਦੇ ਹਾਂ। ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ 5% ਵੀ ਅਜਮੇਰ ਔਲਖ ਵਰਗਾ ਬਣ ਗਿਆ ਤਾਂ ਮੈਂ ਸੱਚੀ ਸ਼ਰਧਾਂਜਲੀ ਉਹਨਾਂ ਨੂੰ ਪੇਂਟ ਕਰ ਸਕਾਂਗਾ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ। ਇੱਥੇ ਹੀ ਸ਼ਰਧਾ ਦੇ ਫੁੱਲ ਪੇਂਟ ਨਹੀਂ ਕਰਕੇ ਜਾਣੇ ਸਾਰੀ ਮੇਰੇ ਚੰਗੇ ਘਰ ਨੇ
ਕਿ ਜ਼ਿੰਦਗੀ ਦੇ ਵਿੱਚ ਪ੍ਰੋਫੈਸਰ ਅਜਮੇਰ ਸਿੰਘ ਔਰਤ ਹੋਣਾ ਹੋਏ ਕਿ ਕੁਝ ਉਹਨਾਂ ਦੀ ਸੰਗਤ ਦੇ ਵਿੱਚ ਮੈਨੂੰ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ। ਮੇਰੇ ਲਈ ਉਹ ਦਿਨ ਸੀ ਜਿਨ੍ਹਾਂ ਵਿੱਚ ਮੈਂ ਸਭ ਤੋਂ ਵੱਧ ਸਿੱਖਿਆ। ਮੈਨੂੰ ਮਾਤਾ ਸੁੰਦਰੀ ਕਾਲਜ 'ਚ ਨੌਕਰੀ ਮਿਲੀ। ਮੈਂ ਸੋਚਿਆ ਮਾਨਸਾ ਕੋਈ ਵੀ ਨਹੀਂ, ਤਾਂ ਔਰਤ ਸਾਹਿਬ ਕਾਨਫਰੰਸ 'ਤੇ ਬੇਬੇ ਨਾਲ ਜਾਂਦੇ ਹੁੰਦੇ ਸੀ ਤਾਂ ਸੀਨੀਅਰ ਨੂੰ ਸੁਣਦੇ ਤਾਂ ਸਾਨੂੰ ਬੜਾ ਚੰਗਾ ਲੱਗਦਾ। ਸਾਨੂੰ ਇਹ ਲੱਗਦਾ ਸੀ ਸਾਡੀ ਗੱਲ ਕਰਦੇ ਆ ਕਿਉਂਕਿ ਅਸੀਂ ਵੀ ਪੇਂਡੂ ਸੀਗੇ। ਤਾਂ ਜਦੋਂ ਇਹਨਾਂ ਨੇ ਬੋਲਣਾ, ਸਾਨੂੰ ਇਹਨਾਂ ਦੀ ਭਾਸ਼ਣ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਤਾਂ ਸਾਨੂੰ ਲੱਗਦਾ ਸੀ ਇਹ ਔਰਤ ਸਾਹਿਬ ਸਾਡੇ ਨੇ, ਇਹ ਬੇਬੇ ਜੀ ਸਾਡੇ ਨੇ। ਪ੍ਰੋਫੈਸਰ ਅਜਮੇਰ ਸਿੰਘ ਔਰਤ ਨੂੰ ਲਾਲ ਸਲਾਮ। ਆਪ ਕਰਨ ਦੀ ਕੀ ਜੇ ਮੇਰੀ ਗੱਲ ਸਮਝੇ ਹੋਣ, ਮੇਰ ਮਨ ਦੇ ਪਿੱਛੇ ਉਡੀਕ ਰਹੇ ਮੰਚ ਦੇ ਮਨਜੀਤ ਸਿੰਘ ਅਨਮੋਲ, ਅਜੈਬ ਸਿੰਘ ਮਲਵਾ, ਬੇਨਤੀ ਕਰਦਾ ਸਵਾਸ਼ ਬਿੱਟੂ ਜੀ ਨੂੰ।
ਕੰਪਰੋਮਾਈਜ਼ ਕਰਕੇ ਅਜਮੇਰ ਸਿੰਘ ਔਲਖ ਦਾ ਨਾਮ ਪਾਸੇ ਕਰਨ ਲਈ ਤਾਂ ਮੈਂ ਆਪਣੀ ਸਕ੍ਰਿਪਟ ਉੱਦਾਂ ਹੀ ਆਪਣੇ ਝੋਲੇ ਦੇ ਵਿੱਚ ਪਾਈ ਅਤੇ ਵਾਪਸ ਲੈ ਕੇ ਆ ਗਿਆ ਅਤੇ ਮੈਂ ਮੇਰੇ ਸਾਹਮਣੇ ਬੈਠੇ ਪਿੰਡ ਦੇ ਸਰਪੰਚ ਮੈਂਬਰ ਸਰਪੰਚ 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 ਸਤਵੰਤੇ ਸਰਪੰਚ ਭੈਣੋ ਅਤੇ ਭਰਾਵੋ ਮੈਨੂੰ ਨਹੀਂ ਸੀ ਪਤਾ ਜਦੋਂ ਮੈਂ ਇਸ ਪਿੰਡ 'ਚ ਵਿਆਹੀ ਆਈ ਸੀ ਵੀ ਮੈਂ ਇੱਕ ਐਡੇ ਵੱਡੇ ਇਨਸਾਨ ਦੇ ਨਾਲ ਮੇਰਾ ਵਾਹ ਪੈ ਰਿਹਾ ਪਰ ਹੁਣ ਮੈਂ ਦੇਖਦੀ ਹਾਂ ਕਿ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਅੱਜ ਸ਼ਰਧਾਂਜਲੀ ਸਮਾਗਮ ਹੋ ਰਹੇ ਹੈ ਤੁਸੀਂ ਐਡਾ ਵੱਡਾ ਫੰਕਸ਼ਨ ਕੀਤਾ ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦੀ ਹੋਈ ਇਹ ਕਹਿਣਾ ਚਾਹੁੰਦੀ ਹਾਂ ਕਿ ਔਲਖ ਸਾਹਿਬ ਦੀ ਹਮੇਸ਼ਾ ਇਹ ਇੱਛਾ ਰਹੀ ਸੀ ਕਿ ਮੈਂ ਸਕੂਲ ਦੇ ਕਿਸੇ ਨਾ ਕਿਸੇ ਬੱਚੇ ਨੂੰ ਜਿਹੜਾ ਸ਼ਾਈਨਿੰਗ ਹੋਵੇ ਟੋਪਰ ਹੋਵੇ ਉਹਨੂੰ ਕੁਛ ਭੇਟ ਕਰਾਂ ਹੁਣ ਔਲਖ ਸਾਹਿਬ ਇਸ ਸੰਸਾਰ 'ਤੇ ਨਹੀਂ ਰਹੇ ਪਰ ਅਸੀਂ ਉਹਨਾਂ ਦੀ ਇੱਛਾ ਪੂਰਾ ਕਰਦੇ ਹੋਏ ਜੋ ਦਿਲ ਫੁੱਲ ਸਾਡੇ ਕੋਲੋਂ ਬਣ ਸਕਿਆ ਉਹ ਮੈਂ ਇਸ ਸਕੂਲ ਨੂੰ ਦੇਣ ਲੱਗੀ ਹਾਂ ਇਹ ਕੋਈ ਬਹੁਤੀ ਵੱਡੀ ਰਾਸ਼ੀ ਨਹੀਂ ਪਰ ਫਿਰ ਵੀ ਆਪਣੇ ਵੱਲੋਂ ਜੋ ਵੀ ਹੋਇਆ ਉਹ ਅਸੀਂ ਤੁਹਾਡੀ ਸਕੂਲ ਨੂੰ ਇੱਥੇ ਭੇਟ ਕਰਨ ਲੱਗੇ ਹਾਂ ਉਮੀਦ ਆ ਤੁਸੀਂ ਸਾਡਾ ਇੰਨਾ ਕੁ ਪ੍ਰਵਾਨ ਕਰੋਗੇ ਧੰਨਵਾਦ ਕਿੱਥੇ ਬਸ ਰਹਿਣ ਦੇ ਵਿਚਾਲੇ ਯਾਰ ਕੱਠ ਵਾਲਾ
ਇੱਧਰ ਉੱਡਣਾ ਇੱਧਰਲੇ ਪਾਸੇ ਆ ਗਏ ਹੈ ਸਾਡੀ ਸਵੈਸ ਤੇ